परंतु किया गया वह भी किया भी सारा कुछ होंद ये सारी कमेटी बदली गई 8 मैंबरी कमेटी बनी है। हाँ जी उहदे विच सारा हिसाब किताब ही दिता गया जी, जो मेरे को आया ही पैसा आया ही सारा कुछ ओके हो गया। ये थोड़ी जी गलतियां बच्चों तो बच्चे आ के रौला पाते ही पेल ये भी डरता सी ते अहीं साडे बच्चे भी उहदे खेडदे सी असीं कई परंतु ये तो नहीं किया भी नहीं साडे बच्चे भी जे गलती तो ये किया भी टोकदा तो हाँ ठीक है। एक दिन असीं एक बच्चे नूं रौला पाते ही डक्या ही बस उस तो उस गल का भी जिहड़े हैगे ही सारी संगत के सामने शांतिमाई दे नाल की जा रही सी जिथों दलबीर सिंह ने गल चुकी है जी उतों फिर निर्मल सिंह लागे बैठा है सतनाम सिंह बैठा है तो दे जिहड़ा उहने सतना निर्मल सिंह ने आके मुड़ के गाल कढ़ी ते धक्का मारिया जी। उस तो बाद किया भी मैं इन्हों डकण वास्ते आपस में हो चले ही डकण वास्ते करदा करदा जी मैनू नुकरे हरपाल सिंह ते भुपिंदर सिंह ने नुकरे लाया उदों ही फिर आपस में चपेड़ा मारन लग पे जी। हाँ जी एक कदों दी गल है जी ये 7:30 तो बजे तो लैके 8 बजे तक जी अज की गल जी अज की गल जी वो किया जी। हाँ जी उहदे विच दस्तार लाई गई आ दाढ़ी पुट्टी गई तो जिहड़ी श्री साहब मेरी वड्डी मैं वड्डी पाउना वो मेरी ला के लै भी गए कपड़े पड़े ने तो आ खून खान अज भी लग इना दा जी इना दिता जी ये मसला जी मंग करते भी इन वो सख्त सज़ा दी जाए वो सख्त सज़ा दी जाए जिहड़ा अपने आप नूं जिहड़ा हैगा भी हंकारिया होया वा भी इत्थे मेरे तो बिना होर कोई नहीं आ सकता ये तो मेरे तो बिना होर कोई नहीं सेवा कर सकता सारी संगत करदी सारी संगत का पैसा आउंदा जी। नहीं ये जिहड़े अज गिनती होण लगी उत्तों विवाद छिड़िया ही किहड़ी गल तों छिड़िया गिनती दा अजे होना सी अजे वो तो पहला ही निकी निकी गल्लां तो जिदा घर दे विच कोई निकी निकी गल्लां होई जांदियां वो तो आपस विच कर लईदियां जे निकी मोटी साडी गलती हैगी भी है 8 मैंबरी कमेटी हैगी आ उहनां दे नाल करदा तो उस तो बाद सानूं कहिंदा वी तुहाडी आ गलती है जी ਤੁਸੀਂ ਮੰਨੋ ਅਸੀਂ ਮੰਨਣ ਨੂੰ ਪਰਵਾਹ ਨਹੀਂ ਆ ਜੀ। ਝਗੜਾ ਕਿੱਥੇ ਹੋਇਆ ਗੁਰਦੁਆਰੇ ਦੇ ਬਾਹਰ ਦਰਬਾਰ ਦੇ ਅੰਦਰ ਦਰਬਾਰ ਦੇ ਅੰਦਰ ਜੀ ਮਹਾਰਾਜ ਜੀ ਹਜ਼ੂਰੀ ਦੇ ਵਿੱਚ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਕੀ ਮਾਮਲਾ ਆਇਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਮਾਮਲਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰੇ ਮਸਾਇਆ ਜੀ ਅਸੀਂ 8 ਕਮੇਟੀ ਮੈਂਬਰੀ ਬਣੇ ਜੀ 8 ਜਾਣੇ ਜੀ 8 ਜਾਣੇ ਕਮੇਟੀ ਮੈਂਬਰੀ ਬਣੇ ਤੇ ਅਸੀਂ ਜੀ ਅਜੇ ਮਤਲਬ 3 ਮਹੀਨੇ ਕਮੇਟੀ ਮੈਂਬਰੀ ਬਣੀ ਨਵੀਂ ਨੂੰ ਅਜੇ ਪਿਛਲੇ ਮਹੀਨੇ ਗੋਲ ਖੋਲ੍ਹੀ ਅਸੀਂ ਆਹ ਦੂਜੀ ਵਾਰੀ ਆ ਕੇ ਗੋਲ ਖੋਲ੍ਹਣ ਲੱਗੇ ਹਾਂ ਸਾਨੂੰ ਆਖਿਆ ਵੀ ਸਵੇਰੇ 7:15 ਵਜੇ ਇਕੱਠੇ ਜੋ ਤਾਂ ਵੀ ਗੋਲ ਖੋਲ੍ਹਣੀ ਆ ਅਸੀਂ ਕਿਹਾ ਠੀਕ ਹੈ 7 ਵਜੇ ਸਵੇਰੇ ਗੋਲ ਖੋਲ੍ਹਣੀ ਸਾਰ ਸੰਗਰਾਂ 'ਤੇ ਖੋਲ੍ਹੀ ਦੀ ਉਹ ਤੋਂ ਮਤਲਬ ਜਦੋਂ ਅਸੀਂ ਆਣ ਕੇ ਬੈਠੇ ਹਾਂ ਅਤੇ ਇਹ ਮਾਰਾ ਦਲਵੀਰ ਸਿੰਘ ਅਤੇ ਸਵਰਨ ਸਿੰਘਾਂ ਦੇ ਵੀ ਪਹਿਲਾਂ ਆਪਾਂ ਬਾਹਰ ਬਹਿ ਕੇ ਗੱਲਬਾਤ ਕਰ ਲਈ ਆਪਾਂ ਗੱਲਾਂ 5-4 ਕਰਨੀਆਂ ਮੈਂ ਕਿਹਾ ਗੱਲਾਂ ਬਾਤਾਂ ਜਿਹੜੀਆਂ ਪੁਰਾਣੀਆਂ ਉਹ ਬਾਅਦ 'ਚ ਕਰਨੀਆਂ ਵਾ ਪਹਿਲਾਂ ਆਪਾਂ ਗੋਲ ਦਾ ਕੰਮ ਕਰਨਾ ਜਿਹੜਾ ਗੋਲ ਦਾ ਕੰਮ ਵਾਸਤੇ ਆਏ ਹਾਂ ਉਹ ਕਰ ਲਈਏ ਫਿਰ ਆਪਾਂ ਬਾਅਦ 'ਚ ਗੱਲ ਕੋਈ ਜਿਹੜੀ ਗੱਲ ਕਰਨੀ ਬਾਹਰ ਕਰਾਂਗੇ ਆਉਂਦੇ ਨਹੀਂ ਪਹਿਲਾਂ ਉਹ ਕਰਨੀ ਪਹਿਲਾਂ ਅਸੀਂ ਗੋਲ ਖਲਾਉਣੀ ਮੈਂ ਵੀ ਅਸੀਂ ਨਹੀਂ ਪਹਿਲਾਂ ਗੋਲ ਖਲਾਉਣੀ ਪਹਿਲਾਂ ਜਿਹੜੇ ਕੰਮ ਵਾਸਤੇ ਆਏ ਹਾਂ ਉਹ ਚਲੋ ਗੱਲਬਾਤ ਹੋਈ ਮੁੜ ਕੇ ਇਹ ਬਾਬਾ ਚਲੇ ਦੁੱਧ ਲੈਣ ਮੈਂ ਬਾਬਾ ਨੂੰ ਡੱਕ ਲਓ ਵੀ ਅਸੀਂ ਗੁਰਦੁਆਰੇ ਗ੍ਰੰਥੀ ਸਾਹਿਬ ਦਾ ਚੱਲ ਇਹਨਾਂ ਨੂੰ ਕੋਈ ਗੱਲਬਾਤ ਕਰਨੀ ਹੋਣੀ ਆ ਅਸੀਂ ਇਹਨਾਂ ਨੂੰ ਡੱਕਿਆ ਤਾਂ ਅਸੀਂ ਅਸੀਂ ਆਣ ਕੇ ਅੰਦਰ ਬੈਠੇ ਬਾਅਦ 2-4 ਗੱਲਾਂ ਹੀ ਹੋਈਆਂ ਵਾ ਅਤੇ ਨਿੰਮਾ ਸਰਪੰਚ ਸਾਬਕਾ ਇੱਥੇ ਉਹ ਬਾਬੇ ਨੂੰ ਪੈਂਦਾ ਆਉਂਦਾ ਬੰਦੇ ਦਾ ਪੁੱਤ ਬਣ ਜਾ ਨਹੀਂ ਤਾਂ ਤੈਨੂੰ ਬੰਦੇ ਦਾ ਪੁੱਤ ਬਣਾ ਦਾਂਗੇ ਮੈਂ ਕਿਹਾ ਨਿੰਮਾ ਹਾਂ ਵੀ ਇਹ ਮਹਾਰਾਜ ਦਾ ਵਜ਼ੀਰ ਆ ਇਹਨੂੰ ਨਹੀਂ ਮਾੜਾ ਪਾ ਕੂਣਾ ਕਹਿੰਦਾ ਕੂਣਾ ਕਿਉਂ ਕਹਿੰਦਾ ਸਿਆਪੇ ਸਾਰੇ ਪਿੰਡ 'ਚ ਇਹਨੇ ਪਾਏ ਆ ਫਿਰ ਅਸੀਂ ਚੁੱਪ ਕੀਤੇ ਰਹੇ ਹਾਂ ਇਹਨੇ ਉੱਠ ਕੇ ਫਿਰ ਨਿੰਮੇ ਨੇ ਇਹਦੇ 'ਚ ਮਤਲਬ ਉਸੇ ਵੇਲੇ ਇਹਨੇ ਚਪੇੜ ਮਾਰ ਦਿੱਤੀ ਆ ਅਤੇ ਖਾਲਸੇ ਨੇ 5-7 ਗਾਲਾਂ ਕੱਢੀਆਂ ਨਾਲ ਹੀ ਇਹਨੂੰ ਗੁਰਦੁਆਰੇ ਮਾਹੇ ਝੂਰ 'ਚ ਕੱਢੀਆਂ ਤੁਸੀਂ ਕਹਿ ਰਹੇ ਤੁਸੀਂ ਵੇਖ ਲੈਣਾ ਸਭ ਕੁਝ ਗਾਲਾਂ ਕਿੰਨੇ ਕੱਢੀਆਂ ਪਹਿਲਾਂ ਉਸ ਤੋਂ ਬਾਅਦ ਇੱਥੇ ਕੁਲਵਿੰਦਰ ਆ ਉਹ ਵੀ ਪੈ ਗਿਆ ਉਹ ਜੋ ਪਿਆ ਫਿਰ ਉਹਨੂੰ ਮੈਂ ਪਿੱਛੋਂ ਫੜਿਆ ਵਾ ਉਹਨੂੰ ਪੁੱਛ ਕੇ ਮੈਂ ਪਿਛਾਂ ਕੀਤਾ ਵਾ ਇੱਕ ਸਟਕਾ ਦੇਣ ਲੱਗੀ ਹਾਂਜੀ ਉਹਨੇ ਖਾਲਸਾ ਦਾ ਬੇੜਾ ਵਾ ਕੀ ਨਾ ਮੋਲਕ ਮੋਲਕ ਨੇ ਇਹਦੇ ਆਉਂਦਿਆਂ ਨੱਕ 'ਤੇ ਮੁੱਕੀ ਮਾਰੀ ਫਿਰ ਉਹ ਪਤਾ ਨਹੀਂ ਕੀ ਲੋਹੇ ਚੀਜ਼ ਹੀ ਕੋਈ ਫਿਰ ਉਹਨੇ ਇੱਕ ਉਹ ਛੱਡੀ ਇਹਦੇ ਨੱਕ ਦੇ ਉੱਤੇ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਸਾਨੂੰ ਸਾਹ ਮਿਲਣਾ ਚਾਹੀਦਾ ਵਾ ਇਹਨਾਂ ਗੰਦਿਆਂ ਬੰਦਿਆਂ ਨੇ ਇੰਨਾ ਗੰਦ ਪਾਇਆ ਜੀ ਹਾਂਜੀ ਉਹ ਕਾਂਗਰਸ ਨਾਲ ਰੱਖਦੇ ਆ ਇਹ ਕਦੇ ਆਉਂਦੇ ਹੁੰਦੇ ਆ ਲੈ ਸਾਨੂੰ ਅਸੀਂ ਸਿੱਧੂ ਸਾਹਿਬ ਨਾਲ ਕੱਲ੍ਹ ਗਏ ਹਾਂ ਸਾਨੂੰ ਸਿੱਧੂ ਸਾਹਿਬ ਨੇ ਆਖਿਆ ਕੋਈ ਗੱਲ ਨਹੀਂ ਸਰਪੰਚਾ ਡਿੱਡਰੋਂ ਨਾ ਅਸੀਂ ਤੁਹਾਡੇ ਨਾਲ ਆ ਇਹਨੂੰ ਪੁੱਛੋ ਸਿੱਧੂ ਸਾਹਿਬ ਨੇ ਆ ਕੇ ਗੁਰਦੁਆਰਾ ਗੰਦ ਪਾਓ ਸਿੱਧੂ ਸਾਹਿਬ ਨੂੰ ਇਹ ਗੱਲ ਆਖੀ ਆ ਹੈ ਵੀ ਆਣ ਕੇ ਇੱਥੇ ਕਰੋ ਵੀ ਇੱਥੇ ਪਾਠੀ ਕੋਟ ਸੁੱਟਿਆ ਨਾਲ ਵੇਖੋ ਸਾਡੇ ਵੀ ਉਹਨਾਂ ਦਿਖਾ ਦਿੱਤੀ ਤੁਸੀਂ ਹਾਂਜੀ ਦਿਖਾ ਦੇ ਆਏ ਜੀ ਠੀਕ ਹੈ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਕਾਰਵਾਈ ਵੇਖੋ ਕੀ ਦਵਾਉਂਦੀ ਇਹਦੇ ਕੋਈ ਕਾਰਵਾਈ ਕੀਤੀ ਤਾਂ ਨਹੀਂ ਜਿਹੜਾ ਤੁਸੀਂ ਖਾਲਸਾ ਜਿਹੜਾ ਬੰਦੇ ਦਾ ਨਾਂ ਲੈਂਦੇ ਜੇ ਉਹ ਕਮੇਟੀ ਮੈਂਬਰ ਹੈਗਾ ਤੁਹਾਡੇ ਉਹ ਅੱਜ ਤੋਂ ਪਹਿਲਾਂ ਕਮੇਟੀ ਮੈਂਬਰ ਹੈਗਾ ਹੁਣ ਨਹੀਂ ਹੈਗਾ ਕੋਈ ਫਿਰ ਹੁਣ ਕੀ ਕੰਮ ਉਹ ਇਹੋ ਹੀ ਜੇ ਦੇ ਬਾਅਦ ਵੀ ਮੇਰੇ ਪੈਸੇ ਜਿਸ ਤਰ੍ਹਾਂ ਕਿ ਬੁੱਚ ਪੈਂਦੇ ਉੱਤਾ ਪੈਣ ਜੇ ਇੱਕ ਨਿੰਮਾ ਸਰਪੰਚ ਇੱਕ ਉਹ ਆ ਉਹ ਆਉਂਦੇ ਵੀ ਸਾਡੇ ਕੋ ਪੈਸੇ ਆਉਣੇ ਚਾਹੀਦੇ ਜਿਹੜੇ ਆਉਣੇ ਆ ਗੋਲ ਕੇ ਲੁੱਟਣ ਦੇ ਹੋਏ ਆ ਵੀ ਸਾਨੂੰ ਗੋਲ ਜਿਹੜੀ ਸਾਡੇ ਪਹੁੰਚ ਜਾਵੇ ਹੋਰ ਕਿਸੇ ਗੋਲ ਕਰਨ ਜਾਵੇ ਅਤੇ ਗੋਲ ਕਰ ਹਾਂਜੀ ਇੱਕ ਉੱਤੋਂ ਉਹਨੂੰ ਜਦੋਂ ਅਸੀਂ ਮਤਲਬ ਵੀ ਜੇ ਗਿਣਤੀ ਮਿੱਤੀ ਹੋਈ ਜਦੋਂ ਹਿਸਾਬ ਲਿਆ ਉਦੋਂ 1.5 ਲੱਖ ਰੁਪਇਆ ਘੱਟ ਹੀ ਗੁਰਦੁਆਰਾ ਦੇ ਦਿੱਤਾ
ਗੁਰਦਾ ਹਮੇਸ਼ਾ ਹੀ ਅਸੀਂ ਹੁਣ ਪਿਛਲੇ ਸਾਲ ਹੀ ਗੋਲ ਗਿਣੀ ਅਜੇ ਸਾਡੇ ਕੋਲ 61,000 ਰੁਪਇਆ ਵਾ ਪਿਛਲੇ ਮਹੀਨੇ 61,000 ਰੁਪਇਆ ਐ ਕੀ ਪਾ ਦੇ ਸਾਡੇ ਕੋਲ ਲੱਖ ਟੱਪਦਾ ਸੀ ਮਤਲਬ ਇਹ 30 ਸਾਲ ਤੋਂ ਖਾਂਡੇ ਤੇ 1.5 ਲੱਖ ਰੁਪਏ ਫਿਰ ਘਾਟੇ ਕੱਢਣ ਡਏ ਆ ਗੁਰਦੁਆਰਾ ਕਦੀ ਘਾਟੇਗਾ ਤੁਸੀਂ ਆਪ ਹੀ ਦੱਸੋ ਜੀ ਇਹਦੇ ਵਿੱਚ ਜੀ ਸੁਬਹਾ ਸਾਨੂੰ ਇਤਲਾਹ ਮਿਲੀ ਸੀ ਕਿ ਨਾਗ ਨਵੇਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਕਮੇਟੀ ਦੀ ਇਕੱਤਰਤਾ ਸੀ ਅਤੇ ਇਕੱਤਰਤਾ ਦੇ ਦੌਰਾਨ ਇੱਕ ਪਾਠੀ ਸਿੰਘ ਨੇ ਸਵਰਨ ਸਿੰਘ ਜੀ ਠੀਕ ਹੈ ਔਰ ਦੂਸਰੇ ਪਾਸੇ ਪਲਵਿੰਦਰ ਸਿੰਘ ਨੇ ਇਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਦੋਵਾਂ ਪਾਰਟੀਆਂ ਦਾ ਆਪਸ ਦੇ ਵਿੱਚ ਕਾਹ ਸੁਣੀ ਹੋਈ ਆ ਅਤੇ ਉੱਥੇ ਲੜਾਈ ਝਗੜਾ ਹੋਇਆ ਜੀ ਇਹਨਾਂ ਦੋਵਾਂ ਦਾ ਅਤੇ ਦੋਵੇਂ ਪਾਰਟੀਆਂ ਹੁਣ ਇਹ ਸਿਵਲ ਹੋਸਪਿਟਲ ਦਾਖਲ ਨੇ ਔਰ ਇਹਨਾਂ ਦੇ ਦਰਖਾਸਤਾਂ ਦੋਵਾਂ ਪਾਰਟੀਆਂ ਨੇ ਪੁਲਿਸ ਥਾਣਾ ਮਜੀਠਾ ਦੇ ਵਿੱਚ ਦਿੱਤੀਆਂ ਨੇ ਅਤੇ ਜੋ ਵੀ ਗੱਲ ਸੱਚਾਈ ਹੋਵੇਗੀ ਉਸ ਦੇ ਅਕੋਰਡਿੰਗ ਅਗਲੀ ਕਾਰਵਾਈ ਕੀਤੀ ਜਾਵੇਗੀ ਸਰ ਮੁੱਢ ਦੀ ਤਫਤੀਸ਼ ਕੀ ਸਾਹਮਣੇ ਆਈ ਮੁੱਢ ਦੀ ਤਫਤੀਸ਼ ਦੇ ਵਿੱਚ ਅਜੇ ਗਏ ਹਾਂ ਜੀ ਇਹ ਦੋਵਾਂ ਪਾਰਟੀਆਂ ਦੀ ਇਸੇ ਗੱਲ ਕਮੇਟੀ ਦੀ ਇਕੱਤਰਤਾ ਸੀ ਅੱਜ ਸੁਬਹਾ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਹੋਰ ਵੀ ਮੋਹਤਵਰ ਬੰਦੇ ਪਿੰਡ ਦੇ ਜਿਹੜੇ ਵਿਅਕਤੀ ਸਾਰੇ ਪਰਵੰਤੇ ਸੱਜਣ ਉੱਥੇ ਹਾਜ਼ਰ ਸੀ ਅਤੇ ਉੱਥੇ ਇਹਨਾਂ ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋਈ ਆ ਜੀ ਉੱਥੋਂ ਜਿਹੜੀ ਇਹਨਾਂ ਦੀ ਲੜਾਈ ਹੋਈ ਕੋਈ ਗੰਭੀਰ ਸੱਟਾਂ ਲੱਗੀਆਂ ਨਹੀਂ ਜੀ ਨਹੀਂ ਇੱਕ ਸਵਰਨ ਸਿੰਘ ਇਹਨਾਂ ਦੇ ਸਿਰ ਦੇ ਵਿੱਚ ਥੋੜ੍ਹੀ ਸੱਟ ਲੱਗੀ ਆ ਔਰ ਦੂਸਰੇ ਆ ਉਹਨਾਂ ਦੀ ਸੱਟ ਉਹਨਾਂ ਦੇ ਵੀ ਲੱਗੀ ਆ ਕੋਈ ਸਿਰ ਦੇ ਕਰੀਬ ਜਾਂ ਮੂੰਹ ਦੇ ਕਰੀਬ ਕਿੱਥੇ ਸੱਟ ਲੱਗੀ ਆ ਉਹ ਪਤਾ ਕਰਕੇ ਸਿਵਲ ਹਸਪਤਾਲ ਤੋਂ ਸਰ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਉਹਦੇ ਬਾਰੇ ਸੀਸੀਟੀਵੀ ਫੁਟੇਜ ਅਜੇ ਵੇਖਣੇ ਆ ਜੀ ਸੀਸੀਟੀਵੀ ਤੋਂ ਫੁਟੇਜ ਵੇਖ ਕੇ ਜੋ ਸੱਚਾਈ ਹੋ ਗਈ ਉਸ ਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇਗੀ